मम्मी तुसी भाभी नूं कहंदे क्यों नहीं कुछ? की हो गया पुत्त, की करता हुण तेरी भाभी ने? मम्मी एडा डोंगा आटे दा गुन के रख रखिया उहने फ्रिज च। अच्छा, फिर जदों रोटियां पका लिया मगरों जिहड़ा आटा बचना ना उहने खराब करके बाहर सिटदी फिरना। ना पुत्त, मैं तां इह कुछ करदी कदे देखी नहीं तेरी भाभी। मम्मी हुण उह तुहानूं दिखाउण थोड़ा ना आऊगी वी मेरा आह समान बच गया, मैं बाहर सिटण चली आ, ਉਹ ਤੁਹਾਡੀਆਂ ਅੱਖਾਂ ਦੇ ਓਲੇ ਸਿੱਟ ਕੇ ਆਉਂਦੀ ਆ ਉਹ। ਅੱਛਾ ਪੁੱਤ, ਉਹ ਫੇਰ ਤਾਂ ਉਹਦੇ ਲਈ ਇਹ ਬਹੁਤ ਮਾੜੀ ਗੱਲ ਆ। ਹੋਰ ਕੀ ਮੰਮੀ, ਉਹ ਇੰਨੀ ਇੰਨੀ ਸਬਜ਼ੀ ਬਣਾ ਲੈਂਦੀ ਆ, 50 ਵਾਰ ਉਹਨੂੰ ਕਿਹਾ ਵੀ ਜਿੰਨੀ ਕੁ ਆਪਣੇ ਲੱਗਦੀ ਆ ਸਬਜ਼ੀ ਤੂੰ ਓਨੀ ਕੁ ਬਣਾਇਆ ਕਰ, ਪਰ ਉਹ ਕਿੱਥੇ ਸੁਣਦੀ ਆ, ਜਦੋਂ ਸਬਜ਼ੀ ਬਚ ਜਾਂਦੀ ਆ ਫਿਰ ਬਾਹਰ ਸਿੱਟਦੀ ਫਿਰਦੀ ਆ। ਜੇ ਪੁੱਤ ਆਹ ਕੁਛ ਉਹ ਕਰਦੀ ਆ ਤੂੰ ਮੈਨੂੰ ਪਹਿਲਾਂ ਤਾਂ ਕਦੇ ਵੀ ਕੁਛ ਨਹੀਂ ਦੱਸਿਆ। ਮੰਮੀ ਮੈਨੂੰ ਤਾਂ ਆਏ ਸੀ ਵੀ ਇਹ ਆਪਣੇ ਆਪ ਸੁਧਰ ਜੂਗੀ, ਆਜੂ ਇਹਨੂੰ ਅਕਲ, ਪਰ ਕਿੱਥੇ, ਇਹ ਤਾਂ ਆਪਣਾ ਨੁਕਸਾਨ ਏ ਬਹੁਤ ਕਰਦੀ ਆ, ਜਿਹੜੀ ਪੈਸਿਆਂ ਦੀ ਬਰਬਾਦੀ ਹੁੰਦੀ ਆ ਉਹ ਅੱਡ। ਮੰਮੀ ਮੇਰੇ ਤੋਂ ਨਾ ਆਪਣੇ ਘਰ ਦਾ ਇਹ ਨੁਕਸਾਨ ਨਹੀਂ ਚੱਲਿਆ ਜਾਂਦਾ, ਤੁਸੀਂ ਕੱਢੋ ਇਹਦਾ ਕੋਈ ਹੱਲ। ਪੁੱਤ ਮੈਂ ਹੱਲ ਕੱਢਾਂ? ਪਰ ਉਹ ਕੀ? ਹੁਣ ਮੰਮੀ ਮੈਂ ਕੀ ਹੱਲ ਕੱਢਾਂ, ਜੇ ਥੋਤੋਂ ਨਹੀਂ ਨਾ ਕੋਈ ਹੱਲ ਨਿਕਲਦਾ ਫਿਰ ਕਰਾਈ ਚੱਲੋ ਇਹਦੇ ਤੋਂ ਨੁਕਸਾਨ, ਪਤਾ ਤੁਹਾਨੂੰ ਉਦਣ ਲੱਗਣਾ ਜਿੱਦਣ ਇਹਨੇ ਸਾਰੇ ਪੈਸੇ ਰਾਸ਼ਨ 'ਚ ਅੜਾਤੇ। ਤੂੰ ਰੁਕ ਪੁੱਤ, ਮੈਂ ਕਰਦੀ ਹਾਂ ਉਹਦੇ ਨਾਲ ਗੱਲ। ਠੀਕ ਆ ਮੰਮੀ, ਹੁਣ ਆਊਗਾ ਸਵਾਲ। ਸ਼ੈਲੀ ਉਰੇ ਆਈ? ਆਈ ਮੰਮੀ। ਹਾਂਜੀ ਮੰਮੀ। ਮੈਂ ਆ ਕੀ ਸੁਣ ਰਹੀ ਹਾਂ, ਤੂੰ ਦਾਸ ਆ ਵੀ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਨ ਲੱਗ ਗਈ। ਨਹੀਂ ਮੰਮੀ, ਮੈਂ ਤਾਂ ਐਂ ਕਦੇ ਕੀਤਾ ਹੀ ਨਹੀਂ। ਕਿਉਂ ਝੂਠ ਬੋਲਦੀ ਆ ਭਾਬੀ, ਮੇਰੀ ਨਾ ਤੇਰੇ ਤੇ ਹੀ ਅੱਖ ਹੁੰਦੀ ਆ, ਰੋਜ਼ ਇਹ ਸਿੜਦੀ ਆ ਦਾਲ ਸਬਜ਼ੀ। ਹਜੇ ਅੱਜ ਸਵੇਰ ਦੀ ਹੋਈ ਗੱਲ ਆ ਮੰਮੀ, ਮੈਂ ਇਹਨੂੰ ਆਪ ਦੇਖਿਆ ਸਬਜ਼ੀ ਬਾਹਰ ਸਿੜਦੀ ਨੂੰ। ਮੰਮੀ ਉਹ ਨਾ ਕੋਲੀ ਕੀ ਸਬਜ਼ੀ ਸੀ ਤੇ 2-3 ਦਿਨ ਪੁਰਾਣੀ ਸੀ, ਮੈਂ ਤਾਂ ਕਰਕੇ ਸੁੱਟਤੀ। ਆ ਦੇਖ ਲਓ ਮੰਮੀ, ਤੁਹਾਡੇ ਸਾਹਮਣੇ ਕਿਵੇਂ ਝੂਠ ਬੋਲਦੀ ਆ ਇਹ। ਨਾ ਮੈਨੂੰ ਐਂ ਦੱਸ, ਪੈਸੇ ਝਾੜੀਆਂ ਨੂੰ ਲੱਗਦੇ ਨੇ ਜਿਹੜੀਆਂ ਚੀਜ਼ਾਂ ਖਰਾਬ ਕਰ ਕਰਕੇ ਸਿੱਟੀ ਜਾਂਦੀਆਂ ਤੂੰ? ਅਸਲ 'ਚ ਤੂੰ ਆਪ ਨਹੀਂ ਨਾ ਕਮਾਉਂਦੀ, ਤਾਂ ਕਰਕੇ ਤੈਨੂੰ ਪੈਸਿਆਂ ਦੀ ਕਦਰ ਨਹੀਂ, ਕਮਾਉਂਦਾ ਤਾਂ ਮੇਰਾ ਭਰਾ ਜਿਹੜਾ ਧੁੱਪੇ ਫਿਰਦਾ ਵਿਚਾਰਾ। ਬਸ ਕਰ ਰੋਜੀ, ਹੁਣ ਤੂੰ ਕੁਛ ਜ਼ਿਆਦਾ ਹੀ ਬੋਲਦੀ ਆ। ਜੇ ਤੈਨੂੰ ਐਂ ਲੱਗਦਾ ਨਾ ਇਹ ਚੀਜ਼ਾਂ ਖਰਾਬ ਕਰ ਕਰਕੇ ਬਾਹਰ ਸਿੱਟਦੀ ਆ, ਫਿਰ ਅੱਜ ਤੋਂ ਬਾਅਦ ਰਸੋਈ ਤੂੰ ਸਾਂਭੇਗੀ ਤੇ ਬਾਕੀ ਸਾਰੇ ਘਰ ਦੇ ਕੰਮ ਇਹ ਕਰੂਗੀ, ਤੇ ਤੂੰ ਰਸੋਈ 'ਚ ਪੂਰਾ ਪੂਰਾ ਸਮਾਨ ਬਣਾਵੇਂਗੀ ਜਿਹੜਾ ਕਿ ਖਰਾਬ ਨਾ ਹੋਵੇ। ਬੋਲ, ਮਨਜ਼ੂਰ ਆ? ਇਹੀ ਮੌਕਾ ਮੰਮੀ ਦੇ ਸਾਹਮਣੇ ਨੰਬਰ ਬਣਾਉਣ ਦਾ। ਹਾਂ ਹਾਂ ਮੰਮੀ, ਮੈਨੂੰ ਮਨਜ਼ੂਰ ਆ, ਰਸੋਈ ਮੈਂ ਹੀ ਸਾਂਭੂਗੀ ਤੇ ਭਾਬੀ ਨਾਲੋਂ ਵਧੀਆ ਸਾਂਭ ਕੇ ਦਿਖਾਊ, ਕੋਈ ਚੀਜ਼ ਵੇਸਟ ਵੀ ਨਹੀਂ ਹੋਊਗੀ। ਚੱਲ ਠੀਕ ਆ ਫਿਰ, ਤੂੰ ਨਾ ਹੁਣ ਜਾ ਕੇ ਸਾਂਭ ਰਸੋਈ। ਪਰ ਮੰਮੀ। ਕੋਈ ਗੱਲ ਨਹੀਂ, ਹੁਣ ਇਹਨੂੰ ਹੀ ਸਾਂਭਣ ਦੇ ਰਸੋਈ, ਨਾਲੇ ਨਾ ਤੂੰ ਇਹਦੇ ਤੋਂ ਪੂਰਾ ਪੂਰਾ ਸਮਾਨ ਬਣਾਉਣਾ ਸਿੱਖ ਲਈ, ਕਿਵੇਂ ਬਣਾਈਦਾ। ਠੀਕ ਆ ਮੰਮੀ ਜੀ। ਰੋਜੀ ਚੱਲ, ਹੁਣ ਤੂੰ ਰੋਟੀ ਦਾ ਟਾਈਮ ਹੋ ਗਿਆ, ਲੱਗ ਜਾ ਕੇ। ਠੀਕ ਆ ਮੰਮੀ ਜੀ। ਰੋਜੀ ਪੁੱਤ, ਸਬਜ਼ੀ ਲੈ ਕੇ ਆਈ? ਸਬਜ਼ੀ ਤਾਂ ਆਹੀ ਕੋਲੀ ਆ, ਜੇ ਮੈਂ ਇਹ ਮੰਮੀ ਨੂੰ ਦੇਤੀ ਫਿਰ ਮੇਰੇ ਲਈ ਤਾਂ ਖਾਣ ਨੂੰ ਕੁਛ ਬਚਣਾ ਹੀ ਨਹੀਂ। ਉਹ ਭੈਣੇ, ਮੈਨੂੰ ਨਾਲੇ ਰੋਟੀ ਲਿਆਦੀ। ਹੱਦ ਹੋ ਗਈ, ਕਿਸੇ ਨੂੰ ਦਾਲ ਚਾਹੀਦੀ ਆ, ਕਿਸੇ ਨੂੰ ਸਬਜ਼ੀ ਚਾਹੀਦੀ ਆ, ਕਿਸੇ ਨੂੰ ਰੋਟੀ ਚਾਹੀਦੀ ਆ, ਮੇਰਾ ਤਾਂ ਆਟਾ ਵੀ ਖਤਮ ਹੋ ਗਿਆ ਤੇ ਰੋਟੀਆਂ ਵੀ ਆਹ ਮੇਰੇ ਲਈ ਦੋਏ ਨੇ, ਹੁਣ ਮੈਂ ਕੀ ਕਰਾਂ। ਬੜਾ ਟਾਈਮ ਲਾਤਾ ਮੰਮੀ, ਕਿਹੋ ਮਾੜਾ ਜਾ। ਪੁੱਤ ਛੇਤੀ ਰੋਟੀ ਲੈ ਕੇ ਆਈ, ਅਸੀਂ ਤਾਂ ਖਾਣ ਤੋਂ ਬੈਠੇ ਆ। ਮੰਮੀ ਸਬਜ਼ੀ ਤਾਂ ਖਤਮ ਹੋ ਗਈ, ਨਾਲੇ ਰੋਟੀ ਬਣਾਉਣ ਨੂੰ ਆਟਾ ਵੀ ਖਤਮ ਹੋ ਗਿਆ, ਗੁੰਨਿਆ ਹੋਇਆ ਆਟਾ ਹੈ ਨਹੀਂ, ਨਾਲੇ ਤੁਸੀਂ ਰੋਟੀਆਂ ਇੰਨੀਆਂ ਖਾ ਤਾਂ ਲਈਆਂ, ਹੋਰ ਕਿੰਨੀ ਕੁ ਖਾਣੀਆਂ, ਹਜੇ ਵੀ ਤੁਹਾਡੀ ਭੁੱਖ ਬਾਕੀ ਆ। ਲੈ ਕੁੜੇ ਆਹ ਕੀ ਗੱਲ ਬਣੀ, ਜਿੰਨੀ ਸਾਨੂੰ ਭੁੱਖ ਆ ਉਨੀ ਤਾਂ ਰੋਟੀ ਖਾਵਾਂਗੇ। ਉਹ ਮੰਮੀ ਤੁਸੀਂ ਕਿਹਨੂੰ ਰੋਟੀਆਂ ਬਣਾਉਣ ਨੂੰ ਕਹਿਤਾ, ਜਿਹੜੀ ਆਪਣੀਆਂ ਰੋਟੀਆਂ ਵੀ ਗਿਣੀ ਜਾਂਦੀ ਆ। ਲੈ ਵੀਰੇ ਮੈਂ ਕੀ ਗਲਤ ਕਿਹਾ, ਹੁਣ ਤੁਸੀਂ ਬਸ ਕਰੋ, ਨਾਲੇ ਸ਼ਾਮ ਨੂੰ ਖਾ ਲਿਓ ਜਿਹੜੀ ਰੋਟੀ ਖਾਣੀ ਆ, ਉਦੋਂ ਢਿੱਡ ਭਰ ਕੇ ਖਾ ਲਿਓ। ਸ਼ਾਬਾਸ਼ ਤੇਰੇ, ਨਹੀਂ ਭੁੱਖ ਤਾਂ ਸਾਨੂੰ ਹੁਣ ਲੱਗੀ ਹੈ ਤੇ ਰੋਟੀ ਅਸੀਂ ਰਾਤ ਨੂੰ ਖਾਈਏ, ਛੇਲੀ ਨੇ ਤਾਂ ਕਦੇ ਐਂ ਕੀਤਾ ਨਹੀਂ।
मम्मी शैली वांगू कदे मैं चीजा खराब भी नहीं कीतियां। लो मम्मी तुसी ही खा लो रोटी, मेरिया तां इहदियां गल्लां सुन के ढिड भर गया। खवाऊ इह रोटियां। ले देख ले हुण मुंडा रोटी खाधे बगैर चले गया। ला दस तुस तां मैनूं उही बोलण लग गए, कित्थों खाधे बिना गया, खा पी के गया हो। नहीं रुक, रोटी तां तैनूं देनी नहीं, भांडे चक के ले जा। लियाओ जी। ਪਹਿਲੀ ਪੁੱਤ ਅੱਜ ਤਾਂ ਨਾ ਵਾਹ ਹੀ ਗਰਮੀ ਸੀ। ਹਾਂਜੀ ਮੰਮੀ ਗਰਮੀ ਤਾਂ ਵਾਲੀ ਸੀ ਅੱਜ। ਐਂ ਕਰ ਤੂੰ ਰੋਜੀ ਨੂੰ ਜਾ ਕੇ ਪੁੱਛ ਵੀ ਉਹਨੇ ਰੋਟੀ ਬਣਾਈ ਹੈ ਆਪਣੀ। ਹਾਂਜੀ ਮੰਮੀ ਹੁਣੇ ਪੁੱਛ ਕੇ ਆਈ ਮੈਂ। ਲੈ ਦੀਦੀ ਨੂੰ ਕੀ ਪੁੱਛਣਾ, ਮੈਂ ਹੀ ਰਸੋਈ 'ਚ ਜਾ ਕੇ ਦੇਖ ਲੈਂਦੀ ਹਾਂ। ਲੈ ਦੀਦੀ ਨੇ ਤਾਂ ਰੋਟੀ ਵੀ ਨਹੀਂ ਬਣਾਈ, ਕੁੱਕਰ ਵੀ ਉਦਾਂ ਦਾ ਧੋਤਾ ਦਾ ਧੋਤਾ ਪਿਆ ਵਾ, ਮੈਨੂੰ ਲੱਗਦਾ ਸਬਜ਼ੀ ਵੀ ਨਹੀਂ ਬਣਾਈ। ਦੀਦੀ ਨੂੰ ਹੀ ਜਾ ਕੇ ਪੁੱਛਦੀ ਹਾਂ। ਦੀਦੀ ਤੁਸੀਂ ਰੋਟੀ ਬਣਾਈ ਨਹੀਂ? ਆ ਗਏ ਭਾਬੀ ਤੁਸੀਂ, ਮੈਨੂੰ ਤਾਂ ਤੁਹਾਡੇ ਆਉਣ ਦਾ ਪਤਾ ਹੀ ਨਹੀਂ ਲੱਗਿਆ। ਦੀਦੀ ਅਸੀਂ ਹੁਣੇ ਆਏ ਹਾਂ, ਮੈਂ ਨਾ ਰਸੋਈ 'ਚ ਦੇਖਿਆ ਡੱਬਾ ਰੋਟੀ ਵਾਲਾ ਖਾਲੀ ਪਿਆ, ਤੁਸੀਂ ਰੋਟੀ ਬਣਾਈ ਨਹੀਂ? ਰੋਟੀ ਕੀ ਗੱਲ ਭਾਬੀ, ਤੁਸੀਂ ਬਾਹਰੋਂ ਕੁਛ ਖਾ ਕੇ ਨਹੀਂ ਆਏ? ਨਹੀਂ ਸ਼ੈਲੀ, ਤੂੰ ਤਾਂ ਰੋਟੀ ਲੈਣ ਗਈ ਹੋਈ ਰਹਿ ਗਈ, ਹੁਣ ਕਿੰਨਾ ਕੁ ਟਾਈਮ ਲਾਏਗੀ? ਦੀਦੀ ਐਂ ਕਰੋ ਤੁਸੀਂ, ਮੰਮੀ ਨਾਲ ਹੀ ਆ ਕੇ ਗੱਲ ਕਰ ਲਓ। ਤੂੰ ਤਾਂ ਖਾਲੀ ਹੱਥ ਤੁਰੀ ਆਉਣੀ ਆ, ਰੋਟੀ ਕਿਉਂ ਨਹੀਂ ਲੈ ਕੇ ਆਈ? ਮੰਮੀ ਦੀਦੀ ਨੇ ਰੋਟੀ ਬਣਾਈ ਹੋਈ ਨਹੀਂ, ਫਿਰ ਮੈਂ ਕੀ ਲੈ ਕੇ ਆਉਣੀ ਸੀ? ਕੀ ਕਿਹਾ? ਮੰਮੀ ਮੈਨੂੰ ਤਾਂ ਐ ਸੀ ਵੀ ਤੁਸੀਂ ਬਾਹਰੋਂ ਹੀ ਕੁਛ ਖਾ ਕੇ ਆਓਗੇ, ਮੈਂ ਤਾਂ ਨਹੀਂ ਤੁਹਾਡੀ ਰੋਟੀ ਬਣਾਈ। ਨਹੀਂ ਸ਼ਾਬਾਸ਼ ਤੇਰੇ, ਅਸੀਂ ਤਾਂ ਦਵਾਈ ਲੈਣ ਗਈਆਂ, ਤੂੰ ਉੱਤੋਂ ਨਹੀਂ ਕਹਿੰਦੀਆਂ ਵੀ ਅਸੀਂ ਬਾਹਰੋਂ ਹੀ ਖਾ ਪੀ ਕੇ ਆਵਾਂਗੀਆਂ। ਚੱਲ ਕੋਈ ਨਾ, ਜੇ ਤਾਂ ਨਹੀਂ ਰੋਟੀ ਬਣਾਈ ਨਾ ਸਾਡੀ, ਹੁਣ ਜਾ ਕੇ ਬਣਾ ਦੇ। ਹੈ ਹੁਣ ਬਣਾਵਾਂ? ਮੰਮੀ ਤੁਸੀਂ ਤਾਂ ਐ ਗੱਲਾਂ ਕਰਦੇ ਹੋ ਵੀ ਕਿਤੇ ਚੁਟਕੀ ਲੱਗਦੀ ਆ ਰੋਟੀ ਸਬਜ਼ੀ ਬਣਾਉਣ ਨੂੰ, ਔਰ ਟਾਈਮ ਲੱਗਦਾ ਹੁੰਦਾ, ਨਾਲੇ ਮੈਂ ਕੋਈ ਸਬਜ਼ੀ ਬਣਾਈ ਹੋਈ ਨਹੀਂ। ਬਣਾਈ ਨਹੀਂ? ਨਾ ਫਿਰ ਤੂੰ ਕੀ ਖਾਧਾ? ਮੈਂ ਤਾਂ ਮੰਮੀ ਕੌਲੀ ਕੁ ਦਾਲ ਪਈ ਸੀਗੀ, ਉਹੀ ਗਰਮ ਕਰਕੇ ਖਾ ਲਈ। ਅੱਛਾ ਤੂੰ ਤਾਂ ਆਪਦੀ ਪੇਟ ਪੂਜਾ ਕਰ ਲਈ, ਹੁਣ ਤੂੰ ਸਾਨੂੰ ਦੱਸ ਅਸੀਂ ਕੀ ਖਾਈਏ? ਰੋਟੀ ਦਾ ਤਾਂ ਹੁਣ ਟਾਈਮ ਆ, ਸਾਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਆ। ਮੰਮੀ ਫਿਰ ਤੁਸੀਂ ਐਂ ਕਰੋ, ਬਾਹਰੋਂ ਆਰਡਰ ਕਰ ਲਓ, ਆਪਦਾ ਉੱਥੋਂ ਮੰਗਾ ਕੇ ਕੁਛ ਖਾ ਲਓ। ਮੈਥੋਂ ਨਹੀਂ ਹੁਣ ਰੋਟੀ ਬਣਨੀ, ਮੈਨੂੰ ਤਾਂ ਵੈਸੇ ਰੋਟੀ ਖਾ ਕੇ ਨਾ ਬਹੁਤ ਨੀਂਦ ਆਉਂਦੀ ਪਈ ਆ। ਨਹੀਂ ਹੁਣ ਤੇਰਾ ਮੈਂ ਕੀ ਕਰਾਂ, ਛੇਲੀ ਨੂੰ ਜਦੋਂ ਮਰਜ਼ੀ ਕਹਿੰਦੇ ਸੀ ਰੋਟੀ ਨੂੰ, ਉਹ ਉਹਦੀ ਬਣਾ ਕੇ ਦੇ ਦਿੰਦੀ ਸੀ, ਕਦੇ ਜਵਾਬ ਨਹੀਂ ਸੀ ਉਹਨੇ ਦਿੱਤਾ। ਤੇ ਤੂੰ? ਮੰਮੀ ਤੁਸੀਂ ਹੁਣ ਮੈਨੂੰ ਇੰਨੀਆਂ ਗੱਲਾਂ ਸੁਣਾਉਣ ਲੱਗੇ ਹੋਏ ਹੋ, ਨਾ ਭੁੱਲ ਗਏ ਉਹ ਦਿਨ ਜਦ ਇਹ ਸਮਾਨ ਵੇਸਟ ਕਰ ਕਰਕੇ ਸੜਦੀ ਸੀ? ਨਾ ਤੂੰ ਤਾਂ ਬਹੁਤ ਸਮਾਨ ਬਚਾਉਣ ਲੱਗੀ ਹੋਈ ਹੈ, ਤੇਰੇ ਸਮਾਨ ਬਚਾਉਣ ਦੇ ਚੱਕਰਾਂ 'ਚ ਨਾ ਸਾਡਾ ਤਾਂ ਢਿੱਡ ਹੀ ਨਹੀਂ ਭਰਦਾ। ਸ਼ੈਲੀ ਨੇ ਅੱਜ ਤੱਕ ਨਹੀਂ ਕਿਸੇ ਨੂੰ ਭੁੱਖਾ ਰਹਿਣ ਦਿੱਤਾ, ਜੇ ਤੇਰਾ ਬਸ ਚੱਲੇ ਨਾ ਤੂੰ ਤਾਂ ਕਿਸੇ ਨੂੰ ਖਾਣ ਪੀਣ ਹੀ ਨਹੀਂ ਦੇਵੇਂ। ਹਾਂ ਦੀਦੀ ਮੰਮੀ ਨਾ ਸਹੀ ਕਹਿੰਦੇ ਨੇ, ਜਿਸ ਦਿਨ ਦੀ ਤੁਸੀਂ ਰਸੋਈ ਸਾਂਭੀ ਆ ਨਾ, ਰਾਜ ਵੀ ਉਸ ਦਿਨ ਦਾ ਮੈਨੂੰ ਬੋਲਦੇ ਨੇ ਵੀ ਉਹਨਾਂ ਨੂੰ ਕੁਛ ਢੰਗ ਨਾਲ ਖਾਣ ਪੀਣ ਨੂੰ ਨਹੀਂ ਮਿਲਦਾ। ਬੋਲਣਾ ਹੀ ਆ, ਇਹਦੇ ਕੰਮ ਹੀ ਇਹੋ ਜਿਹੇ ਨੇ, ਉਹ ਤਾਂ ਇੰਨੀ ਕੰਜੂਸੀ ਨਾ ਚੰਗੀ ਨਹੀਂ ਹੁੰਦੀ। ਤੂੰ ਆਪ ਹੀ ਸੋਚ, ਜੇ ਛੇਲੀ ਵੱਧ ਦਾਲ ਸਬਜ਼ੀ ਬਣਾ ਲੈਂਦੀ ਸੀ ਤਾਂ ਸਮਾਨ ਤਾਂ ਨਹੀਂ ਸੀ ਘਟਦਾ। ਚੱਲ ਬਾਏ ਦੀ ਚਾਂਸ, ਜੇ ਸਮਾਨ ਵੱਧ ਵੀ ਜਾਂਦਾ ਸੀ ਤਾਂ ਛੇਲੀ ਨੇ ਆਪ ਗਰਮ ਕਰਕੇ ਖਾ ਲੈਂਦੀ ਸੀ, ਪਰ ਸਾਨੂੰ ਨਹੀਂ ਸੀ ਕਦੇ ਬੇਹਾ ਸਮਾਨ ਖਵਾਇਆ। ਤੇ ਰਹੀ ਗੱਲ ਬਾਹਰ ਸਮਾਨ ਸੁੱਟਣ ਦੀ, ਉਹ ਤਾਂ ਹਰ ਘਰ 'ਚ ਥੋੜ੍ਹਾ ਬਹੁਤ ਸਮਾਨ ਤਾਂ ਬਚ ਹੀ ਜਾਂਦਾ, ਨਾਲੇ ਜੇ ਕੁਛ ਬਚ ਵੀ ਜਾਂਦਾ, ਜੇ ਉਹ ਆਪਾਂ ਬਾਹਰ ਜਾਨਵਰਾਂ ਨੂੰ ਪਾ ਵੀ ਦਿੰਦੇ ਹਾਂ, ਮੈਨੂੰ ਨਹੀਂ ਲੱਗਦਾ ਵੀ ਉਹਦੇ ਨਾਲ ਕੋਈ ਨੁਕਸਾਨ ਹੁੰਦਾ ਹੋਊਗਾ। ਉਹ ਤਾਂ ਜਦੋਂ ਨਾ ਮੈਂ ਕੰਮ ਕਰਦੀ ਸੀ ਸਮਾਨ ਤਾਂ ਮੇਰੇ ਤੋਂ ਵੀ ਬਚ ਜਾਂਦਾ ਸੀ, ਮੈਂ ਵੀ ਤਾਂ ਬਾਹਰ ਜਾਨਵਰਾਂ ਨੂੰ ਪਾ ਹੀ ਦਿੰਦੀ ਸੀ। ਬਸ ਕਰੋ ਮੰਮੀ, ਮੈਂ ਤੁਹਾਡੀ ਸਾਰੀ ਗੱਲ ਸਮਝ ਗਈ, ਮੈਂ ਸਮਾਨ ਬਚਾਉਣ ਦੇ ਚੱਕਰਾਂ ਦੇ ਵਿੱਚ ਨਾ ਤੁਹਾਨੂੰ ਸਾਰਿਆਂ ਨੂੰ ਭੁੱਖਾ ਰੱਖਦੀ ਰਹੀ। ਭਾਬੀ ਮੈਂ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ,
थोड़े तो भी मम्मी मैं माफ़ी मांगती हाँ। चलो भाभी आप दोनों जने ना रसोई चलते हैं, रोटी सब्जी बनाने थोनू दोवान भुख लगी हुई है ना, नाले हूँ खुली जी सब्जी बनावे ताकि सारे जने रज के रोटी खा सकन। हाँ जी दीदी चलो। शायद इन्हें ऐ समझना सी।